ਆਏ ਦਿਨ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ। ਅਜਿਹਾ ਮਾਮਲਾ ਅੰਮ੍ਰਿਤਸਰ ਦੇ ਪਿੰਡ ਵਰਪਾਲ ਦੇ ਵਿੱਚ ਗੁਰਦੁਆਰਾ ਰੋੜੀ ਸਾਹਿਬ ਦੀ ਗੋਲਕ ਨੂੰ ਲੈ ਕੇ ਵੀ ਸਾਹਮਣੇ ਆਇਆ, ਜਿੱਥੇ ਚੋਰ ਗੁਰਦੁਆਰਾ ਸਾਹਿਬ ਦੀ ਗੋਲਕ ਨੂੰ ਲੈ ਕੇ ਰਫੂ ਚੱਕਰ ਹੋ ਗਏ। ਗੁਰਦੁਆਰਾ ਸਾਹਿਬ ਦੀ ਗੋਲਕ ਦੇ ਵਿੱਚ 10 ਤੋਂ 15 ਹਜ਼ਾਰ ਰੁਪਏ ਦੱਸੇ ਜਾ ਰਹੇ ਨੇ। ਫਿਲਹਾਲ ਚੋਰਾਂ ਦੀ ਫੁਟੇਜ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਰਾਜਨਜੀਤ ਸਿੰਘ, ਮੈਂਬਰ ਪੰਚਾਇਤ ਗੁਰਦੁਆਰਾ ਸਾਹਿਬ ਰੋੜੀਆ ਸਾਹਿਬ ਦੇ, ਰਾਤ 2:14 ਤੇ ਜੋ ਬਾਹਰ ਦੇ ਅਣਪਛਾਤੇ ਲੁਟੇਰੇ ਆ ਕੇ ਗੁਰੂ ਘਰ ਸਾਹਿਬ ਦੀ ਗੋਲਕ ਚੋਰੀ ਕਰਕੇ ਲੈ ਗਏ, ਗੇਟ ਤੋੜ ਕੇ ਤਾਲੇ ਤੋੜੇ ਉਹਨਾਂ ਤੇ ਆ ਕੇ ਦੋ ਲੈ ਗਏ, ਦੋ ਜਣੇ ਜੀ। ਸੀਸੀਟੀਵੀ ਹੈਗੀ ਜੀ, ਉਹਨਾਂ 'ਚ ਦਿਖਾਈ ਦਿੰਦਾ ਵੀ ਦੋ ਜਣੇ ਆਉਂਦੇ ਆ, ਕੁਝ ਸੈਂਕੜ ਮੂੰਹ ਵੱਧੇ ਆ ਨਾ, ਕੁਝ ਸੈਂਕੜ ਆਣ ਕੇ ਉੱਥੇ ਗੋਲਕ ਚੁੱਕਦੇ ਆ ਅਤੇ ਭੱਜ ਜਾਂਦੇ ਆ। ਗੋਲਕ ਝੋਣਾ ਜੀ ਕੋਈ 10-15 ਹਜ਼ਾਰ ਰੁਪਇਆ ਹੋਊਗਾ ਜੀ। ਇਹਨਾਂ ਦੀ ਗੁਰੂ ਘਰ ਦੀ ਸੇਵਾ ਚੱਲਦੀ ਆ, ਸੰਗਤ ਬਹੁਤ ਆਉਂਦੀ ਇੱਥੇ, ਅਤੇ ਇੱਥੇ ਗੋਲਕ ਜੋ ਹੈਗਾ ਖੜਾਓ ਜੀ। ਹਾਂਜੀ, ਸਾਡਾ ਰੋੜੀ ਸਾਹਿਬ ਗੁਰਦੁਆਰੇ ਲਾਗੇ ਚੋਰੀ ਹੋਈ ਆ ਜੀ, ਗੋਲਕ ਚੁੱਕ ਕੇ ਖੜੀ ਚੋਰਾਂ ਨੇ। ਗੋਲਕ 'ਚੋਂ 10-15 ਹਜ਼ਾਰ ਰੁਪਇਆ ਸੀ ਜਿਹੜਾ ਮਤਲਬ ਲੈ ਕੇ, ਇੱਥੋਂ ਤਕਰੀਬਨ ਇੱਥੇ ਦਾ ਅੰਦਾਜ਼ਾ ਇੱਥੇ ਗਿਆ। ਇਹ ਤਕਰੀਬਨ ਕੈਮਰੇ ਸਿਟੀ ਸੀ, ਕੈਮਰੇ 'ਚ ਦੋ ਜਣੇ ਆਏ ਆ ਜੀ, ਅਤੇ ਬਾਕੀ ਪਤਾ ਨਹੀਂ ਜੀ ਕਿੰਨੇ ਜਣੇ ਆ ਜੀ। ਹਾਂਜੀ, ਇਹ ਤੇ ਵਾਹੇ ਉਹਨਾਂ ਦੇ ਹੱਥ 'ਚ ਤੇ ਕੈਮਰੇ 'ਚ ਦੇਖੋ ਝੱਬਲਾਂ ਹੀ ਦਿਖੀਆਂ ਜੀ, ਅਤੇ ਬਾਕੀ ਹੁਣ ਇਹ ਪੁਲਿਸ ਹੀ ਦੱਸੇਗੀ ਜੇ ਫੜੇ ਜਾਂਦੇ ਜਾਂ ਕਿੱਦਾਂ ਜੀ। ਕੀ ਹੈ ਮਾਮਲਾ ਚੋਰੀ ਦਾ? ਮਾਮਲਾ ਵੀ ਦੋ ਆਦਮੀ ਆਏ ਆ, ਗੋਲਕ ਚੁੱਕ ਕੇ ਲੈ ਗਏ, ਕੋਈ ਪੈਸਾ ਨਹੀਂ ਗਿਆ, ਕੋਈ ਨੁਕਸਾਨ ਨਹੀਂ ਹੋਇਆ। ਠੀਕ ਹੈ, ਜੋ ਵੀ ਤਫਤੀਸ਼ ਚੱਲ ਰਹੀ ਹੈ, ਜੋ ਵੀ ਫੈਕਟ ਸਾਹਮਣੇ ਹੋਣਗੇ ਕਾਰਵਾਈ ਕਰ ਦਿੱਤੀ ਫੁੱਟ ਜਾਈਏ।